Hi everyone ta kamo tu sare i hope tu sare theek hi hoge ta ajj di jo apni video hai 889494 par tiskan di hai ta kai log keh rahe san ki prati ladak javegi prati puri nahi hovegi kyuki jo ek kai lokan ne case high court vich ret pai hai ki jo punjabi da paper paper a le aa gaya hai us vich sarean hoyi 50% marks laane zaruri han aur sbc nu koi bhi chhodne detegi jo 45% marks se 40% marks se jokar har ek exam ch hunda hai ਤਾਂ ਉਸ ਤਰ੍ਹਾਂ ਇਹ ਸਵਿਧਾਨ ਦੀ ਉਲੰਘਣਾ ਹੈ ਜੋ SCBC ਨੂੰ ਜੋ ਉਹਨਾਂ ਦੇ ਬੰਦੇ ਆਕਾ ਉਹ ਨਹੀਂ ਦਿੱਤੇ ਗਏ ਪਰ ਉਸ ਤੋਂ ਬਾਅਦ ਫਿਰ ਜੋ ਹਾਈ ਕੋਰਟ ਵੱਲੋਂ ਬਿਆਨ ਆਇਆ ਸੀ ਕਿ ਆਪਾਂ A ਪੇਪਰ ਨੂੰ ਕੱਟ ਦਈਏ ਉਹਨਾਂ ਨੇ ਪੰਜਾਬ ਸਰਕਾਰ ਤੋਂ ਕਿ ਪੁੱਛਿਆ ਸੀ ਕਿ ਪੇਪਰ A ਪੰਜਾਬੀ ਦਾ ਆਪਾਂ ਜੇ ਨੰਬਰ ਵਿੱਚ ਗਿੰਦੇ ਨਹੀਂ ਸਿੱਧਾ ਸੈਕੰਡ ਪੇਪਰ ਦੀ ਮੈਰਿਟ ਬਣਾਉਣੇ ਆ ਤਾਂ ਉਸ ਤੋਂ ਬਾਅਦ ਸਾਰੇ ਹੀ ਪੇਪਰਾਂ ਵਿੱਚ ਪੰਜਾਬੀ ਦੇ ਜੋ 50% ਮਾਰਕਸ ਲੈਣੇ ਜ਼ਰੂਰੀ ਹਨ ਪੰਜਾਬ ਦੇ ਤੁਹਾਨੂੰ ਪਤਾ ਹੀ ਹੈ ਤਾਂ ਉਸ ਤੋਂ ਬਾਅਦ ਕਿਹਾ ਗਿਆ ਸੀ ਕਿ 10 ਜੁਲਾਈ ਤੋਂ ਪਹਿਲਾਂ ਪਹਿਲਾਂ ਕੋਈ ਵੀ ਐਗਜ਼ਾਮ ਨਹੀਂ ਹੋਣਗੇ ਪਰ ਪੰਜਾਬ ਪਟਵਾਰੀ ਤੇ ਹੋਰ ਐਕਸਾਈਜ਼ ਇੰਸਪੈਕਟਰ ਸਾਰੇ ਇਗਜ਼ਾਮਾਂ ਦੀ ਡੇਟ ਆ ਗਈ ਹੈ ਤੇ ਇਸ ਬੰਦੀ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਇਸ ਬੰਦੀ ਪੂਰੀ ਤਰ੍ਹਾਂ ਬੰਦੀ ਕਾਰਵਾਈ ਕਰੇਗੀ